ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਅਸੀਂ ਲਾਈਵ ਹਾਂ ਜੀ ਇਸ ਵਕਤ ਅਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਵਕਤ ਜੋ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਪਾਕਿਸਤਾਨ ਦੇ ਵਿੱਚ ਅੱਜ ਇਲੈਕਸ਼ਨਾਂ ਦੀ ਕਹਿ ਲਓ ਕਿ ਗਿਣਤੀ ਚੱਲ ਰਹੀ ਹੈ ਅਤੇ ਹੁਣ ਥੋੜ੍ਹੀ ਦੇਰ ਤੱਕ ਪਤਾ ਵੀ ਲੱਗ ਜਾਏਗਾ ਕਿ ਉਸ ਮੁਲਕ ਦੇ ਵਿੱਚ ਅਗਲਾ ਪ੍ਰਧਾਨ ਮੰਤਰੀ ਕੌਣ ਆ ਵੈਸੇ ਹੁਣ ਤੱਕ ਦੀਆਂ ਕੰਸੂਆਂ ਤਾਂ ਇਹੀ ਨੇ ਕਿ ਇਮਰਾਨ ਖਾਨ ਹੋਰਾਂ ਦਾ ਦਾਅ ਲੱਗ ਜਾਣਾ ਅਤੇ ਨਵਾਜ਼ ਸ਼ਰੀਫ ਸਾਹਿਬ ਜਿਹੜੇ ਕਿ ਆਏ ਤਾਂ ਸੀਗੇ ਐਂਡ ਦੇ ਮੌਕੇ ਦੇ ਉੱਪਰ ਕਿ ਸ਼ਾਇਦ ਇਮੋਸ਼ਨਲ ਪੱਤਾ ਖੇਡ ਕੇ ਕੋਈ ਨਾ ਕੋਈ ਦਾਅਕਾ ਲੱਗ ਜਾਵੇ ਪਰ ਹੁਣ ਅਜੇ ਵੀ ਉਹ ਜੇਲ੍ਹ 'ਚ ਨੇ ਗਾਂ ਬੇਟੀ ਵੀ ਜੇਲ੍ਹ 'ਚ ਹੈ ਅਤੇ ਜਿਹੜਾ ਜਵਾਈ ਸੀਗਾ ਉਹਨੂੰ ਪਹਿਲਾਂ ਫੜ ਲਿਆ ਸੀ ਹੁਣ ਤਾਂ ਕਹਿੰਦੇ ਕਿ ਭਰਾ ਨੂੰ ਫਸਾਉਣ ਤੱਕ ਦੀਆਂ ਵੀ ਗੱਲਾਂ ਚੱਲਣ ਲੱਗ ਪਈਆਂ ਉਸ ਫੈਮਿਲੀ ਦਾ ਕੀ ਬਣਨਾ ਪੁੱਟੋ ਫੈਮਿਲੀ ਦੀ ਆਪਾਂ ਗੱਲ ਕਰ ਲਈ ਉਹਨਾਂ ਦਾ ਕੀ ਬਣੇਗਾ ਹਾਫਿਜ਼ ਸਈਦ ਹੋਰਾਂ ਨੇ ਵੀ ਇਸ ਵਾਰ ਪਾਰਟੀ ਬਣਾ ਕੇ ਛਾਲ ਮਾਰੀ ਸੀ ਉਹਨਾਂ ਦਾ ਕੀ ਬਣਨਾ ਇਹ ਸਾਰੇ ਕੁਝ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਜ਼ਹਿਨ 'ਚ ਕੋਈ ਵੀ ਸਵਾਲ ਆਵੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਾਜ਼ਰ ਨੇ ਸਟੂਡੀਓ 'ਚ ਜਤਿੰਦਰ ਪੰਨੂ ਜੀ ਆਪਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਪੰਨੂ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਤੁਹਾਡਾ ਰਿਐਕਸ਼ਨ ਜਾਣਨਾ ਚਾਹਾਂ ਜੋ ਇਸ ਵਕਤ ਰੁਝਾਨ ਆ ਰਹੇ ਨੇ ਕਿਉਂਕਿ ਰਿਜ਼ਲਟ ਤਾਂ ਨਹੀਂ ਆਪਾਂ ਨੂੰ ਕਹਿ ਸਕਦੇ ਰੁਝਾਨਾਂ ਨੂੰ ਦੇਖਦਿਆਂ ਹੋਇਆ ਤੁਸੀਂ ਸੋਚਿਆ ਸੀ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੋਊਗਾ ਕਿ ਨਹੀਂ ਸੀ ਲੱਗਦਾ ਨਹੀਂ ਬਿਲਕੁਲ ਨਹੀਂ ਸੋਚਿਆ ਜਿਹੜੀਆਂ ਕਨਸੂਆਂ ਮਿਲਦੀਆਂ ਸੀ ਜੀ ਉਹ ਇਹ ਸੀ ਕਿ ਸ਼ਾਇਦ ਜਿਹੜਾ ਪੰਜਾਬ ਹੈ ਲਹਿੰਦਾ ਪੰਜਾਬ ਜੀ ਉਹਦੇ ਵਿੱਚ ਨਵਾਜ਼ ਸ਼ਰੀਫ ਦੀ ਪਾਰਟੀ ਭਰੂ ਹੈ ਅਤੇ 137 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਵਾਸਤੇ 141 ਤਾਂ ਇਕੱਲੇ ਪੰਜਾਬ ਵਿੱਚ ਆ ਜੀ ਬਾਕੀ ਦੋ ਕਿਤਿਓ ਤਿੰਨ ਕਿਤਿਓ ਮਿਲਾ ਕੇ ਉਹ ਬਹੁਤ ਸੰਮਤੀ ਦੇ ਨੇੜੇ ਤੇੜੇ ਜਾ ਸਕਦਾ ਪਰ ਉਹਦੀਆਂ ਸੀਟਾਂ ਸਾਰੀਆਂ ਮਿਲਾ ਕੇ 17 ਤੋਂ ਥੱਲੇ ਰਹਿ ਗਈਆਂ ਨੇ ਅਜੇ ਤੱਕ ਕਦੇ ਉਹਦੀਆਂ 60 ਤੋਂ 62 ਹੁੰਦੀਆਂ ਕਦੇ 66 ਹੁੰਦੀਆਂ ਕਦੇ 56 'ਤੇ ਆ ਜਾਂਦੀਆਂ ਵੋਟਾਂ ਦੀ ਗਿਣਤੀ ਦੇ ਹਰ ਰਾਊਂਡ ਨਾਲ ਵੱਧਦੀਆਂ ਘੱਟਦੀਆਂ ਜੀ ਇਹ ਕੌਮੀ ਅਸੈਂਬਲੀ ਦੀ ਗੱਲ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਸੂਬਾਈ ਅਸੈਂਬਲੀ ਹੈ ਉਹਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਵਿੱਚ ਨਵਾਜ਼ ਸ਼ਰੀਫ ਦੀ ਪਾਰਟੀ ਭਰੂ ਹੈ ਇਹਦੇ ਤੋਂ ਇੱਦਾਂ ਲੱਗਦਾ ਜਿਵੇਂ ਕੁਛ ਨਾ ਕੁਛ ਗੜਬੜ ਜ਼ਰੂਰ ਹੋਈ ਹੈ ਜੀ ਨਹੀਂ ਤਾਂ ਨਤੀਜੇ ਜਾਂ ਤਾਂ ਅੱਡੋ ਅੱਡ ਚੋਣਾਂ ਹੋਣ ਅਤੇ ਕਹੀਏ ਜੀ ਲੋਕਾਂ ਨੇ ਨੈਸ਼ਨਲ ਲੈਵਲ ਵਾਸਤੇ ਕੌਮੀ ਪੱਧਰ 'ਤੇ ਹੋਰ ਸੋਚਿਆ ਸੂਬਾਈ ਪੱਧਰ 'ਤੇ ਹੋਰ ਸੋਚਿਆ ਜੀ ਇੱਥੇ ਤਾਂ ਚੋਣਾਂ ਹੋਈਆਂ ਨੇ ਇਕੱਠੀਆਂ ਜਦੋਂ ਇਕੱਠੀਆਂ ਹੁੰਦੀਆਂ ਅਤੇ ਲੋਕ ਇੱਕ ਪਾਰਟੀ ਨੂੰ ਵੋਟ ਕਰਨ ਜਾਂਦੇ ਆ ਆਮ ਤੌਰ 'ਤੇ ਉੱਧਰ ਵੀ ਅਤੇ ਉੱਧਰ ਵੀ ਦੋਵੇਂ ਪਾਸੇ ਇੱਕੋ ਪਾਰਟੀ ਨੂੰ ਵੋਟ ਕਰ ਦਿੰਦੇ ਆ 19-21 ਦਾ ਫਰਕ ਹੁੰਦਾ ਜੀ ਇੱਥੇ 21-31 ਵੀ ਨਹੀਂ 21-68 ਦਾ ਫਰਕ ਪਿਆ ਫਿਰਦਾ ਇੰਨਾ ਫਰਕ ਤਾਂ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਸਹੀ ਇਹਦੇ ਤੋਂ ਲੱਗਦਾ ਕਿ ਨੈਸ਼ਨਲ ਅਸੈਂਬਲੀ ਦੀਆਂ ਸੀਟਾਂ 'ਚ ਕੁਝ ਨਾ ਕੁਝ ਇੱਦਾਂ ਦਾ ਕੱਲ੍ਹ ਨੂੰ ਵਿਵਾਦ ਖੜਾ ਹੋ ਸਕਦਾ ਜਿਹੜਾ ਇਮਰਾਨ ਖਾਨ ਦੀ ਪੁਜੀਸ਼ਨ ਖਰਾਬ ਕਰੇ ਦੂਜਾ ਇਹ ਪਤਾ ਸੀ ਕਿ ਇਮਰਾਨ ਖਾਨ ਫੌਜ ਦੀ ਪਸੰਦ ਹੈ ਜੀ ਅਤੇ ਫੌਜ ਵਾਲਿਆਂ ਨੇ ਇਹਨੂੰ ਜਿਤਾਉਣ ਵਾਸਤੇ ਜ਼ੋਰ ਲਾਉਣਾ ਸੀ ਤੁਹਾਨੂੰ ਪਿਛਲੇ ਸ਼ਨੀਵਾਰ ਦਾ ਜਿਹੜਾ ਫੋਕਸ ਹੈ ਉਹ ਘੱਟ ਕੇ ਵੇਖਣਾ ਚਾਹੀਦਾ ਜੀ ਮੈਂ ਉਹ 'ਚ ਇਹ ਗੱਲ ਆਖੀ ਸੀ ਕਿ ਇੱਕ ਤਾਂ ਫੌਜ ਇਹ ਚਾਹੇਗੀ ਕਿ ਹਾਫਿਜ਼ ਸਈਦ ਦੀ ਪਾਰਟੀ ਦੇ ਕੁਛ ਬੰਦੇ ਜਿੱਤਣ ਅਤੇ ਉਹਨਾਂ ਦਾ ਕੋਈ ਵੀ ਨਹੀਂ ਜਿੱਤ ਸਕਿਆ ਜੀ ਗੋਲਾ ਅੰਡਾ ਦੂਸਰਾ ਮੈਂ ਕਿਹਾ ਸੀ ਕਿ ਫੌਜ ਇਹ ਚਾਹੇਗੀ ਕਿ ਵੱਖ ਵੱਖ ਪਾਰਟੀਆਂ ਤਿੰਨਾਂ ਵੱਡੀਆਂ ਪਾਰਟੀਆਂ 'ਚੋਂ ਜਿਹੜੇ ਬੰਦੇ ਆਪਣੇ ਪੱਕੇ ਭਰੋਸੇਮੰਦ ਅਸਤੀਫੇ ਦਵਾ ਕੇ ਬਾਹਰ ਕੱਢਿਆ ਅਤੇ ਜਿਨ੍ਹਾਂ ਸਾਰਿਆਂ ਨੂੰ ਫੌਜੀ ਜੀਵ ਦਾ ਚੋਣ ਨਿਸ਼ਾਨ ਦਵਾਇਆ ਜੀ ਉਹ ਵੱਧ ਤੋਂ ਵੱਧ ਜਿੱਤ ਜਾਣ ਤਾਂ ਕਿ ਜਿਹੜਾ ਪਾਵਰ ਬੈਲੈਂਸ ਆ ਜਿਹਨੂੰ ਅਸੀਂ ਪੰਜਾਬੀ 'ਚ ਪਾਸਕੂ ਕਹਿੰਦੇ ਹਾਂ ਇਹ ਪਾਸਕੂ ਸਾਡੇ ਹੱਥ ਹੋਵੇ ਜਿਹਦੀ ਵੀ ਸਰਕਾਰ ਬਣਾਉਣੀ ਆ ਉਸ ਪਾਸਕੂ ਨਾਲ ਅਸੀਂ ਬਣਾਈਏ ਅਗਲਾ ਸਾਡਾ ਅਹਿਸਾਨਮੰਦ ਰਹੇ ਜੀ ਉਹ ਹੋ ਗਿਆ ਹੁਣ ਉਹ ਜਿਹੜੇ ਫੌਜੀ ਜੀਪ ਵਾਲੇ ਆ ਆਜ਼ਾਦ ਜਿੱਤੇ ਨੇ ਪੰਜਾਬ ਦੇ ਥੋੜ੍ਹਾ 19-21 ਵੱਧ ਘੱਟ ਪਰ ਉਹਨਾਂ 'ਚੋਂ ਵੱਡੀ ਗਿਣਤੀ ਹੁਣ ਤੱਕ ਸੁਣਿਆ ਜਾ ਰਿਹਾ ਕਿ ਫੌਜੀ ਜੀਪ ਉੱਤੇ ਸਵਾਰ ਨੇ ਜਿਹੜੇ ਫੌਜੀ ਜੀਪ 'ਤੇ ਸਵਾਰ ਹੈ ਜਦੋਂ ਇਮਰਾਨ ਖਾਨ ਦੇ ਕੋਲ ਇਸ ਵੇਲੇ 119-20-21 ਇਹਦੇ ਨੇੜੇ ਤੇੜੇ ਸੀਟਾਂ ਨੇ ਜੀ ਇਹਨੂੰ ਕੋਈ 15-18-20 ਸੀਟਾਂ ਹੋਰ ਚਾਹੀਦੀਆਂ ਉਹ ਫੌਜੀ ਜੀਪ ਦੀਆਂ ਸਵਾਰੀਆਂ ਆਉਣਗੀਆਂ ਫੌਜ ਦੇ ਜਰਨੈਲ ਕਹਿਣਗੇ ਕਿ ਇਮਰਾਨ ਆਪਣਾ ਬੰਦਾ ਜਾ ਕੇ ਇਹਦੇ ਮਗਰ ਹੱਥ ਖੜੇ ਕਰ ਦਿਓ ਇਹਨੂੰ ਪ੍ਰਧਾਨ ਮੰਤਰੀ ਬਣਾ ਦਿਓ ਜੀ ਅਤੇ ਉਹਦੇ ਤੋਂ ਬਾਅਦ ਵੀ ਉਹ ਜਿਹੜੇ 15-20 ਬੰਦੇ ਇਮਰਾਨ ਖਾਨ ਦੀ ਮਦਦ ਕਰਨਗੇ ਉਹ ਇਕੱਲਾ ਮਦਦ ਨਹੀਂ ਕਰਨਗੇ ਇਮਰਾਨ ਖਾਨ ਦੀ ਨਕੇਲ ਬਣ ਕੇ ਵੀ ਰਹਿਣਗੇ ਜਦੋਂ ਫੌਜ ਦੇ ਕੰਟਰੋਲ 'ਚੋਂ ਬਾਹਰ ਹੁੰਦਾ ਜਾਪੇ ਜੀ ਫੌਜ ਉਹਨਾਂ ਬੰਦਿਆਂ ਨੂੰ ਆਖਿਆ ਕਰੇਗੀ ਤੁਸੀਂ ਜਾ ਕੇ ਫਲਾਨਾ ਮੁੱਦਾ ਚੁੱਕ ਦਿਓ ਇਹਨੂੰ ਢੰਗ ਨਾਲ ਬਹਿਣ ਨਹੀਂ ਦੇਣਾ ਆਹ ਸਥਿਤੀ ਜਿਹੜੀ ਆ ਇਹ ਲਗਭਗ ਸਾਨੂੰ ਅੰਦਾਜ਼ਾ ਸੀ ਕਿ ਬਣ ਸਕਦੀ ਆ ਜੀ
ਪਰ ਬਹੁਤਾ ਅੰਦਾਜ਼ਾ ਇਹ ਸੀਗਾ ਕਿ ਜਿਹੜੀ ਨਵਾਜ਼ ਸ਼ਰੀਫ ਦੀ ਪਾਰਟੀ ਆ ਉਹ ਬਿਲਕੁਲ ਲਾਗੇ ਛਾਗੇ ਦੀ ਟੱਕਰ ਤੱਕ ਆਊਗੀ। ਇਹ ਨਹੀਂ ਸੀ ਪਤਾ ਕਿ ਟੱਕਰ ਦੇ ਬਜਾਏ ਕੋਈ ਹੋਰ ਚੱਕਰ ਪੈ ਜਾਣਾ, ਉਹ ਚੱਕਰ ਦੇ ਚੱਕਰ ਵਿੱਚ ਇਹਦੀਆਂ ਸੀਟਾਂ ਜਿੰਨੀਆਂ ਘੱਟ ਗਈਆਂ ਜੀ, ਇਹ ਯਕੀਨ ਨਹੀਂ ਆਉਂਦਾ ਕਿ ਇੰਨੀਆਂ ਘੱਟ ਸਕਦੀਆਂ ਨੇ। ਬਿਲਕੁਲ ਸਹੀ ਗੱਲ, ਲੱਗਦਾ ਇਹੀ ਹੈ ਕਿ ਨਵਾਜ਼ ਸਾਹਿਬ ਵੀ ਇਸ ਵਕਤ ਟੱਕਰਾਂ ਮਾਰਦੇ ਹੋਣੇ ਜੇਲ੍ਹ 'ਚ, ਕੋਠੜੀ 'ਚ। ਹੁਣ ਇੱਥੇ ਪੰਨੂ ਸਾਹਿਬ, ਥੋੜ੍ਹੀ ਦੇਰ ਪਹਿਲਾਂ ਜੀ ਆਪਣੇ ਪਾਕਿਸਤਾਨ ਤੋਂ ਢਿੱਲੋਂ ਸਾਹਿਬ ਨੇ ਆਪਾਂ ਨੂੰ ਇੱਕ ਅਪਡੇਟ ਭੇਜੀ ਸੀ ਕਿ ਇਸ ਵਕਤ ਉੱਥੇ ਕੀ ਗਿਣਤੀ ਹੈ, ਕੀ ਹਾਲਾਤ ਨੇ ਅਤੇ ਕੀ ਮਾਹੌਲ ਚਾਲ ਆ। ਮੇਰਾ ਖਿਆਲ ਆਪਾਂ ਉਹਨਾਂ ਦੀ ਇੱਕ ਵਾਰ ਉਹ ਰਿਪੋਰਟ ਜੀ ਸੁਣ ਲਈਏ, ਉਹ ਤੋਂ ਵੀ ਆਪਾਂ ਨੂੰ ਆਈਡੀਆ ਹੋ ਜਾਊਗਾ। ਕਿੰਨਾ ਚੰਗਾ ਲੱਗਦਾ ਕਿ ਸਾਡੇ ਵਾਲੇ ਪੰਜਾਬ 'ਚ ਵੀ ਢਿੱਲੋਂ ਸਾਹਿਬ ਨੇ ਅਤੇ ਉੱਧਰਲੇ ਪੰਜਾਬ 'ਚ ਵੀ ਢਿੱਲੋਂ ਨੇ। ਸਾਡੇ ਵੀ ਇੱਥੇ ਬਾਜਵੇ ਆ ਜੀ, ਦੋ ਬਾਜਵੇ ਤਾਂ, ਇੱਕ ਸਾਡਾ ਪਾਰਲੀਮੈਂਟ 'ਚ ਆ, ਇੱਕ ਸਾਡਾ ਮੰਤਰੀ ਆ ਜੀ। ਉੱਧਰ ਵੀ ਫੌਜ ਦਾ ਜਰਨੈਲ ਬਾਜਵਾ, ਸਾਂਝਾਂ ਦੀਆਂ ਕੋਈ ਤੰਦਾਂ ਹੈਗੀਆਂ ਨੇ ਉੱਧਰ ਬੈਠੇ ਕਰਕੇ। ਉਹ ਭਾਵੇਂ ਜਿੱਦਾਂ ਮਰਜ਼ੀ ਹਾਲਾਤ ਹੋਣ, ਸ਼ਾਇਦ ਇਹੋ ਹੀ ਕਾਰਨ ਹੈ ਕਿ ਚੋਣਾਂ ਉੱਥੇ ਹੁੰਦੀਆਂ ਜੀ ਅਤੇ ਧਿਆਨ ਸਾਡਾ ਲੱਗਾ ਹੁੰਦਾ, ਜਦੋਂ ਸਾਡੇ ਹੁੰਦੀਆਂ ਉਹਨਾਂ ਦਾ ਧਿਆਨ ਵੀ ਇੰਨਾ ਕੀ ਲੱਗਾ ਹੁੰਦਾ। ਬਿਲਕੁਲ ਸਹੀ ਹੈ, ਆਪਾਂ ਦੇਖਦੇ ਹਾਂ ਜੀ ਕਿ ਕੀ ਹੈ ਹਾਲਾਤ ਇਸ ਵਕਤ। ਢਿੱਲੋਂ ਸਾਹਿਬ ਦੀ ਗੱਲ ਸੁਣਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀ ਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਾਸਰ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਪਾਕਿਸਤਾਨ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਨੇ, ਇਲੈਕਸ਼ਨ ਹੋ ਰਹੇ ਨੇ, ਉਹਦੇ 'ਤੇ ਉਹਨਾਂ ਦੇ ਰਿਜ਼ਲਟਸ ਜਿਹੜੇ ਹੁਣ ਤੱਕ 40% 50% ਆਏ ਨੇ, ਉਹਨਾਂ 'ਤੇ ਜੇ ਆਪਾਂ ਝਾਤੀ ਮਾਰੀਏ ਅਤੇ ਕੌਮੀ ਅਸੈਂਬਲੀ ਦੀਆਂ ਜੇ ਸੀਟਾਂ ਜਿਹੜੀਆਂ ਨੈਸ਼ਨਲ ਅਸੈਂਬਲੀ ਆਉਂਦੇ ਉਹਦੀਆਂ ਸੀਟਾਂ 'ਤੇ ਆਪਾਂ ਝਾਤੀ ਮਾਰੀਏ, ਅਤੇ ਪਾਕਿਸਤਾਨ ਤਹਿਰੀਕੇ ਇਨਸਾਫ ਇਮਰਾਨ ਖਾਨ ਦੀ ਪਾਰਟੀ 120 ਨਸ਼ਿਸਤਾਂ ਦੇ ਨਾਲ, ਸੀਟਾਂ ਦੇ ਨਾਲ ਲੀਡ 'ਤੇ ਜਾ ਰਹੀ ਹੈ। ਉਸ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ, ਨੂਨ, ਨਵਾਜ਼ ਸ਼ਰੀਫ ਦੀ ਪਾਰਟੀ 61 ਸੀਟਾਂ ਦੇ ਨਾਲ ਦੂਸਰੇ ਨੰਬਰ 'ਤੇ ਹੈ। ਪਾਕਿਸਤਾਨ ਪੀਪਲ ਪਾਰਟੀ ਜਿਹੜੀ ਮੁਹਤਮਾ ਬੇਨਜ਼ੀਰ ਭੁੱਟੋ ਸ਼ਹੀਦ ਦੀ ਪਾਰਟੀ ਆ, ਉਹ 40 ਸੀਟਾਂ ਦੇ ਨਾਲ, 40 ਸੀਟਾਂ ਦੇ ਨਾਲ ਤੀਸਰੇ ਨੰਬਰ 'ਤੇ ਆ। ਐੱਮ ਐੱਮ ਪੀ ਮੁਤਹਿਦਾ ਮਜਲਿਸ ਅਮਲ ਜਿਹੜੀ ਆ, 11 ਨਸ਼ਿਸਤਾਂ ਦੇ ਨਾਲ ਚੌਥੀ ਪੋਜੀਸ਼ਨ 'ਤੇ, 11 ਨਸ਼ਿਸਤਾਂ ਦੇ ਨਾਲ ਆ। ਅਤੇ ਜੇ ਆਪਾਂ ਇੰਡੀਪੈਂਡੈਂਟ ਸੀਟਾਂ 'ਤੇ ਝਾਤੀ ਮਾਰੀਏ ਅਤੇ ਇੰਡੀਪੈਂਡੈਂਟ ਨਸ਼ਿਸਤਾਂ ਜਿਹੜੀਆਂ ਆਜ਼ਾਦ ਉਮੀਦਵਾਰ ਨੇ, ਉਹਨਾਂ ਵਿੱਚ 16 ਨਸ਼ਿਸਤਾਂ ਜਿਹੜੀਆਂ ਕੌਮੀ ਅਸੈਂਬਲੀ ਦੀਆਂ ਉਹ ਆਜ਼ਾਦ ਉਮੀਦਵਾਰਾਂ ਦੇ ਕੋਲ ਨੇ। ਜੇ ਆਪਾਂ ਪੰਜਾਬ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ 'ਤੇ ਝਾਤੀ ਮਾਰੀਏ, ਕਿਉਂਕਿ ਪਾਕਿਸਤਾਨ ਦੇ ਵਿੱਚ ਨੈਸ਼ਨਲ ਅਸੈਂਬਲੀ ਅਤੇ ਪ੍ਰੋਵਿੰਸ਼ਲ ਅਸੈਂਬਲੀ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ ਨੇ, ਅਤੇ ਪੰਜਾਬ ਅਸੈਂਬਲੀ ਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ, ਨੂਨ, ਨਵਾਜ਼ ਸ਼ਰੀਫ 129 ਸੀਟਾਂ ਦੇ ਨਾਲ ਪਹਿਲੇ ਨੰਬਰ 'ਤੇ ਆ, ਪਾਕਿਸਤਾਨ ਤਹਿਰੀਕੇ ਇਨਸਾਫ ਦੂਜੇ ਨੰਬਰ 'ਤੇ, ਉਸ ਤੋਂ ਬਾਅਦ ਪੀਪਲਸ ਪਾਰਟੀ ਤੀਸਰੇ ਨੰਬਰ 'ਤੇ, ਅਤੇ ਆਜ਼ਾਦ ਉਮੀਦਵਾਰਾਂ ਦੀ ਜੇ ਤਾਦਾਦ ਗਿਣੀਏ ਅਤੇ ਉਹਨਾਂ ਦੀ ਗਿਣਤੀ ਗਿਣੀਏ ਅਤੇ ਉਹ 31 ਦੀ ਸੀਟਾਂ ਦੀ ਪੋਜੀਸ਼ਨ 'ਤੇ ਨੇ, 31 ਆਜ਼ਾਦ ਉਮੀਦਵਾਰ ਕਾਮਯਾਬ ਹੋਏ ਨੇ। ਇਹ ਮੈਂ ਦੱਸਦਾ ਜਾਵਾਂ ਕਿ ਟੋਟਲ ਸੀਟਾਂ ਪੰਜਾਬ ਦੇ ਵਿੱਚ 290 ਨੇ, 297 ਨੇ, ਅਤੇ 290 'ਤੇ ਚੋਣਾਂ ਹੋ ਰਹੀਆਂ ਨੇ, 7 'ਤੇ ਇਲੈਕਸ਼ਨ ਮੁਲਤਵੀ ਹੋਇਆ। ਅਤੇ ਇਸ ਤੋਂ ਬਾਅਦ ਜੇ ਆਪਾਂ ਕੇ ਪੀ ਕੇ ਖੈਬਰ ਪਖਤੂਨਖਾ 'ਤੇ ਝਾਤੀ ਮਾਰੀਏ ਅਤੇ ਉੱਥੇ ਪਾਕਿਸਤਾਨ ਤਹਿਰੀਕੇ ਇਨਸਾਫ ਪਹਿਲੇ ਨੰਬਰ 'ਤੇ, ਸਿੰਧ ਦੇ ਵਿੱਚ ਪੀਪਲਸ ਪਾਰਟੀ ਪਹਿਲੇ ਨੰਬਰ 'ਤੇ, ਬਲੋਚਿਸਤਾਨ ਦੇ ਵਿੱਚ ਬਲੋਚਿਸਤਾਨ ਅਵਾਮੀ ਪਾਰਟੀ ਜਿਹੜੀ ਆ ਉਹ ਪਹਿਲੇ ਨੰਬਰ 'ਤੇ ਲੀਡ ਕਰ ਰਹੀ ਹੈ ਜੀ। ਪੰਨੂ ਸਾਹਿਬ, ਮੇਰਾ ਖਿਆਲ ਤੁਸੀਂ ਵੀ ਸੁਣ ਲਈ ਹੋਣੀ ਗੱਲ, ਤਾਂ ਜਿਹੜਾ ਸਟਾਰਟਿੰਗ ਦੇ ਵਿੱਚ ਤੁਸੀਂ ਇਸ਼ਾਰਾ ਦਿੱਤਾ ਸੀ ਕਿ ਵੀ ਜਦੋਂ ਹੁਣ ਚੋਣਾਂ ਇਕੱਠੀਆਂ ਹੋਣੀਆਂ ਨੇ ਰਾਜਾਂ ਦੀਆਂ ਅਤੇ ਕਹਿ ਲਓ ਨੈਸ਼ਨਲ ਅਸੈਂਬਲੀ ਦੀਆਂ, ਉਹਦੇ ਵਿੱਚ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦੀ ਉਹਨਾਂ ਗੱਲ ਕੀਤੀ ਕਿ ਨੀਅਰ ਅਬਾਊਟ 129 ਦੇ ਕਰੀਬ ਸੀਟਾਂ ਜਿਹੜੀਆਂ ਨੇ ਨਵਾਜ਼ ਸ਼ਰੀਫ ਸਾਹਿਬ ਕੋਲ ਹੈਗੀਆਂ ਨੇ, ਜੇ ਆਪਾਂ ਉਸ ਪੰਜਾਬ ਦੀ ਗੱਲ ਕਰੀਏ, ਅਤੇ ਜੇ ਇਹੀ ਚੀਜ਼ ਵਾਕਈ ਨੈਸ਼ਨਲ ਅਸੈਂਬਲੀ ਦੇ ਹਿਸਾਬ ਨਾਲ ਵੀ ਵਾਪਰ ਜਾਂਦੀ ਤਾਂ 129 ਤਾਂ ਫਿਰ ਆ ਹੀ ਗਈਆਂ ਸੀ ਇੱਕ ਸਰ ਨਵਾਜ਼ ਸ਼ਰੀਫ ਹੋਰਾਂ ਦੀਆਂ। ਨਹੀਂ, 129 ਜਿਹੜੀਆਂ ਨੇ ਉਹ ਅਸੈਂਬਲੀ ਦੀਆਂ ਨੇ, ਸੂਬਾਈ ਅਸੈਂਬਲੀ ਦੀਆਂ। ਉਹੀ ਕਹਿ ਰਿਹਾ ਵੀ ਜੇ ਸੇਮ ਉਹ 'ਚ ਗੜਬੜ ਨਾ ਹੋਈ, ਉਹਦੇ 'ਚ ਇਹ ਹੈ ਕਿ ਅਸੈਂਬਲੀ ਦੀਆਂ ਸੀਟਾਂ ਵੱਧ ਹੁੰਦੀਆਂ ਜੀ, ਪਾਰਲੀਮੈਂਟ ਦੀਆਂ ਘੱਟ ਹੁੰਦੀਆਂ। ਸਾਡੇ ਕੋਲ ਇੱਥੇ ਪੰਜਾਬ ਦੇ ਵਿੱਚ ਅਸੈਂਬਲੀ ਦੀਆਂ, ਸੂਬਾਈ ਅਸੈਂਬਲੀ ਦੀਆਂ 9 ਸੀਟਾਂ ਜੀ, 13 ਸੀਟਾਂ 9 ਸੀਟਾਂ ਪਾਰਲੀਮੈਂਟ ਦੀ ਇੱਕ ਸੀਟ 'ਚ ਹੁੰਦੀਆਂ ਨੇ ਜੀ ਜੀ। ਹਰਿਆਣੇ 'ਚ 10 ਸੀਟਾਂ ਪਾਰਲੀਮੈਂਟ ਦੀ ਇੱਕ ਸੀਟ 'ਚ ਹੁੰਦੀਆਂ ਨੇ, ਯੂਪੀ ਦੇ ਵਿੱਚ 5 ਸੀਟਾਂ ਹੁੰਦੀਆਂ ਨੇ। ਇਹ ਆਬਾਦੀਆਂ ਦੇ ਲਿਹਾਜ਼ ਨਾਲ ਕਿੰਨੀ ਕਿੰਨੀ ਆਬਾਦੀ ਕਿੱਥੇ ਉਹਦੇ ਹਿਸਾਬ ਨਾਲ ਹੁੰਦੀਆਂ, ਉਹਨੇ ਉਹਦੇ ਨਾਲ ਜੁੜ ਸਕਣਾ। ਮੈਂ ਸਮਝ, ਪਰ ਉੱਦਾਂ ਇਹ ਹੈ ਕਿ ਜਿੰਨਾ ਵੱਡਾ ਸ਼ੇਅਰ ਉਹਨੂੰ ਪੰਜਾਬ ਦੇ ਵਿੱਚ ਮਿਲਿਆ ਜੀ, ਉਹਨਾਂ ਪੰਜਾਬ ਦੇ ਵਿੱਚੋਂ ਕੌਮੀ ਅਸੈਂਬਲੀ ਵਾਸਤੇ ਕਿਉਂ ਨਹੀਂ ਮਿਲਿਆ। ਇਹਦੇ ਤੋਂ ਲੱਗਦਾ ਕਿ ਕਿਤਨਾ ਕਿਤੇ ਕੁਝ ਗੜਬੜ ਹੋਈ ਹੋ ਸਕਦੀ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਜ਼ਰੂਰ ਹੀ ਹੋਗੀ। ਉਹਦਾ ਇੱਕ ਕਾਰਨ ਇਹ ਵੀ ਆ ਜੀ ਕਿ ਇਮਰਾਨ ਖਾਨ ਫੌਜ ਦਾ ਖਾਸ ਚਹੇਤਾ ਜੀ, ਜਦੋਂ 1999 ਦੀ ਕਾਰਗਿਲ ਦੀ ਜੰਗ ਤੋਂ ਬਾਅਦ ਜਨਰਲ ਪਰਵੇਜ਼ ਮੁਸ਼ਰਫ ਨੇ ਤਖਤਾ ਪਲਟਿਆ ਜੀ, ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਸੀ, ਇਹਨੂੰ ਘਰੋਂ ਚੁੱਕ ਕੇ ਲਿਜਾ ਕੇ ਮੁਸ਼ਕਾਂ ਬੰਨ੍ਹ ਕੇ ਅਤੇ ਜੇਲ੍ਹ ਦੀ ਕੋਠੜੀ 'ਚ ਤਾੜਤਾ ਅਤੇ ਅੱਧੀ ਰਾਤ ਨੂੰ ਇਹਦੀ ਕੋਠੜੀ 'ਚ ਸੱਪ ਵਾੜਤਾ ਜੀ। ਚੁਣੀ ਹੋਈ ਸਰਕਾਰ ਤੋੜੀ ਗਈ ਸੀ, ਭਾਰਤ ਤੋਂ ਲੈ ਕੇ ਅਮਰੀਕਾ ਤੱਕ ਹਰ ਕਿਸੇ ਨੇ ਆਖਿਆ ਸੀ ਗਲਤ ਹੋਇਆ,
ਜਿਹੜੇ ਵਿਰੋਧੀ ਪਾਰਟੀਆਂ ਵਾਲੇ ਵੀ ਸੀ ਜੀ, ਉਹਨਾਂ ਵਿੱਚੋਂ ਬਹੁਤਿਆਂ ਨੇ ਆਖਿਆ ਸੀ ਗਲਤ ਹੋਇਆ ਪਾਕਿਸਤਾਨ 'ਚ, ਕੁਝ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਵਾਲੇ ਇਹੋ ਜਿਹੇ ਸੀ ਜਿਹੜੇ ਕਹਿੰਦੇ ਸੀ ਨਵਾਜ਼ ਸ਼ਰੀਫ ਇੱਦਾਂ ਦੇ ਕੰਮ ਕਰਨ ਲੱਗ ਪਿਆ ਸੀ ਕਿ ਉਹਦੇ ਜਾਣ ਦਾ ਕਿਸੇ ਨੂੰ ਅਫਸੋਸ ਨਹੀਂ ਜੀ, ਪਰ ਉਹਨਾਂ ਨੇ ਵੀ ਇਹ ਨਹੀਂ ਸੀ ਆਖਿਆ ਕਿ ਫੌਜੀ ਰਾਜ ਦਾ ਸਵਾਗਤ ਕਰਦੇ, ਇਹ ਕਹਿੰਦੇ ਸੀ ਨਵਾਜ਼ ਸ਼ਰੀਫ ਜਿੱਦਾਂ ਦੇ ਕੰਮ ਕਰਨ ਲੱਗ ਪਿਆ ਸੀ ਇਹਦਾ ਬਹੁਤਾ ਅਫਸੋਸ ਨਹੀਂ ਜੀ। ਇਹ ਇਕੱਲਾ ਇਮਰਾਨ ਖਾਨ ਸੀ ਜਿਹਨੇ ਆਖਿਆ ਸੀ ਫੌਜ ਆਈ ਆ ਅਤੇ ਮੈਂ ਇਹਦਾ ਸਵਾਗਤ ਕਰਦਾ, ਇਹਨੂੰ ਵੈਲਕਮ ਕਰਦਾ, ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਫੈਲ ਗਿਆ, ਇਹ ਉਸ ਭ੍ਰਿਸ਼ਟਾਚਾਰ ਨੂੰ ਨੱਥ ਪਊਗੀ ਜੀ। ਨਤੀਜਾ ਕੀ ਨਿਕਲਿਆ? ਜਨਰਲ ਮੁਸ਼ਰਫ ਨੇ ਆਪ ਆ ਕੇ ਭ੍ਰਿਸ਼ਟਾਚਾਰ ਦੀ ਸਿਖਰ ਕਰ ਦਿੱਤੀ, ਹਰ ਪੁੱਠਾ ਕੰਮ ਕੀਤਾ। 2002 ਦੀਆਂ ਚੋਣਾਂ ਮੌਕੇ ਜੀ ਉਹਨੇ ਇਮਰਾਨ ਖਾਨ ਨੂੰ ਆਖਿਆ ਕਿ ਤੂੰ ਚੋਣ ਲੜ, ਤੈਨੂੰ ਮੈਂ ਸਪੋਰਟ ਕਰਦਾ, ਤੈਨੂੰ ਪ੍ਰਧਾਨ ਮੰਤਰੀ ਬਣਾਉਂਦੇ ਹਾਂ ਜੀ। ਇਹ 2 ਸਾਲਾਂ ਦੇ ਅੰਦਰ ਅੰਦਰ ਹੀ ਇੰਨਾ ਉਹਦੇ ਧੋਖੇ 'ਚ ਗਿਆ ਨੇ, ਆਖਿਆ ਨਹੀਂ, ਇਹ ਪਾਸੇ ਹਟ ਗਿਆ। ਫਿਰ ਹਾਲਾਤ ਇਸ ਤਰ੍ਹਾਂ ਦੇ ਵੀ ਬਣੇ ਕਿ ਇੱਕ ਮੌਕੇ 'ਤੇ ਇਹਦਾ ਅਤੇ ਨਵਾਜ਼ ਉਹਦਾ ਜਨਰਲ ਮੁਸ਼ਰਫ ਦਾ ਆਪੋ 'ਚ ਬਹੁਤ ਨੇੜ ਹੁੰਦਾ ਸੀ ਜੀ, ਅਤੇ ਉਸੇ ਮੁਸ਼ਰਫ ਦੇ ਕਹਿ 'ਤੇ ਫੌਜ ਨੇ ਇਹਨੂੰ ਇਮਰਾਨ ਖਾਨ ਨੂੰ ਚੁੱਕ ਕੇ ਜੇਲ੍ਹ ਵਿੱਚ ਵੀ ਸੁੱਟਿਆ, ਕੈਦ ਵੀ ਰਿਹਾ ਉਹਦੇ ਰਾਜ ਵਿੱਚ। ਅੱਛਾ, ਇਹ ਬੰਦਾ ਇਹਦੇ ਬਾਵਜੂਦ ਫੌਜ ਦੇ ਜਰਨੈਲਾਂ ਨਾਲ ਲਗਾਤਾਰ ਤਾਲਮੇਲ ਰੱਖਦਾ ਰਿਹਾ ਅਤੇ ਜਰਨੈਲ ਇਹਦੇ ਨਾਲ ਰੱਖਦੇ ਰਿਹਾ ਜੀ। ਇਹਨਾਂ ਚੋਣਾਂ 'ਚ ਜਰਨੈਲਾਂ ਨੇ ਇਹਨੂੰ ਪੂਰੇ ਜ਼ੋਰ ਨਾਲ ਜਿਤਾਇਆ। ਜਰਨੈਲਾਂ ਨਾਲ ਇਹਦਾ ਵਿਰੋਧ ਹੋਇਆ ਸੀ ਸਿਰਫ ਇੱਕ ਮੌਕੇ 'ਤੇ, ਜਦੋਂ ਪੇਸ਼ਾਵਰ ਦੇ ਵਿੱਚ ਆਰਮੀ ਸਕੂਲ 'ਤੇ ਹਮਲਾ ਹੋਇਆ ਜੀ, 150 ਦੇ ਕਰੀਬ ਮੌਤਾਂ ਹੋ ਗਈਆਂ, ਉਹਨਾਂ 'ਚੋਂ 140 ਦੇ ਕਰੀਬ ਤਾਂ ਬੱਚੇ ਸੀ। ਉਹ 140 ਬੱਚੇ ਜਿਹੜੇ ਸੀ ਥੋੜ੍ਹੇ ਬਹੁਤ ਸਿਵਲੀਅਨ ਵੀ ਹੋਣਗੇ ਜੀ, ਬਾਕੀ ਤਾਂ ਸਾਰੇ ਦੇ ਸਾਰੇ ਫੌਜੀ ਅਫਸਰਾਂ ਦੇ ਅਤੇ ਫੌਜੀ ਜਵਾਨਾਂ ਦੇ ਬੱਚੇ ਸਨ ਜੀ। ਉਹਨਾਂ ਬੱਚਿਆਂ ਤੋਂ ਦੀਆਂ ਮੌਤਾਂ ਤੋਂ ਬਾਅਦ ਪਾਕਿਸਤਾਨ ਦੀ ਫੌਜ ਨੇ ਆਖਿਆ ਸੀ ਕਿ ਹੁਣ ਇੱਥੋਂ ਅਸੀਂ ਤਾਲਿਬਾਨ ਦਾ ਸਫਾਇਆ ਕਰ ਦੇਣਾ। ਉਹਨਾਂ ਵਾਸਤੇ ਉਚੇਚੇ ਤੌਰ 'ਤੇ ਫੋਰਸ ਭੇਜੀ ਗਈ, ਜਿਹੜੀ ਫੌਜ ਦਾ ਮੇਜਰ ਜਨਰਲ ਗਿਆ ਉਹਨੇ ਆਖਿਆ ਸੀ ਮੈਂ ਇਸ ਗੱਲ ਦੀ ਸਹੁੰ ਚੁੱਕ ਕੇ ਜਾ ਰਿਹਾ ਕਿ ਮੈਂ ਇਸ ਇਲਾਕੇ 'ਚੋਂ ਤਾਲਿਬਾਨ ਦਾ ਸਫਾਇਆ ਕਰ ਦੂੰ ਜੀ। ਉਦੋਂ ਨਵਾਜ਼ ਸ਼ਰੀਫ ਤਾਲਿਬਾਨ ਦੀ ਢਾਲ ਬਣ ਕੇ ਖਲੋ ਗਿਆ ਸੀ, ਔਰ ਇਹਨੇ ਆਪਣੇ ਜਿਹੜੀ ਖੈਬਰ ਪਖਤੂਨਖਵਾ ਸਟੇਟ ਵਿੱਚ ਇਹਦੀ ਪਾਰਟੀ ਸਰਕਾਰ ਸੀ ਜੀ, ਉੱਥੇ ਗਵਰਨਰ ਤੋਂ ਦੂਜਿਆਂ ਤੋਂ ਅਸਤੀਫੇ ਦਵਾ ਦਿੱਤੇ ਕਿ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਖਲੋ ਸਕਦੇ ਕਿ ਸਾਡੀ ਫੌਜ ਸਾਡੇ ਆਪਣੇ ਲੋਕਾਂ ਦੇ ਉੱਤੇ ਜਾ ਕੇ ਇੱਦਾਂ ਦੇ ਛਾਪੇਮਾਰੀ ਕਰੇ ਜੀ। ਅਤੇ ਨਤੀਜਾ ਇਹ ਨਿਕਲਿਆ ਸੀਗਾ ਕਿ ਫੌਜ ਨੂੰ ਉਹ ਆਪਰੇਸ਼ਨ ਰੋਕਣਾ ਪੈ ਗਿਆ ਸੀ, ਕਾਰਵਾਈ ਨਹੀਂ ਸੀ ਕਰ ਸਕੀ ਫੌਜ। ਜਿਹੜਾ ਮੇਜਰ ਜਨਰਲ ਉੱਥੇ ਕਾਰਵਾਈ ਕਰਨ ਭੇਜਿਆ ਸੀ ਉਹਦਾ ਕਤਲ ਹੋ ਗਿਆ ਸੀ ਜੀ, ਔਰ ਉਸ ਕਤਲ ਦੇ ਮੌਕੇ ਵੀ ਲੋਕ ਇਹ ਕਹਿੰਦੇ ਸੀ ਕਿ ਕਤਲ ਕਿਸੇ ਕੀਤਾ ਹੋਵੇ, ਕਤਲ ਦਾ ਮਾਹੌਲ ਇਮਰਾਨ ਖਾਨ ਅਤੇ ਇਮਰਾਨ ਦੇ ਬੰਦਿਆਂ ਨੇ ਪੈਦਾ ਕੀਤਾ। ਪਰ ਆਰਮੀ ਦੇ ਕਮਾਂਡਰਾਂ ਵਿੱਚ 2-3 ਕਿਸਮ ਦੇ ਨੇ ਜੀ, ਇੱਕ ਉਹ ਹੈ ਜਿਹੜੇ ਸਿਰਫ ਆਰਮੀ ਕਮਾਂਡਰ ਰਹਿਣਾ ਚਾਹੁੰਦੇ, ਇੱਕ ਉਹ ਹੈ ਜਿਹੜੇ ਆਰਮੀ ਨਾਲੋਂ ਇਸਲਾਮ ਨੂੰ ਉੱਤੇ ਰੱਖਣਾ ਚਾਹੁੰਦੇ ਆ ਜੀ, ਇੱਕ ਉਹ ਨੇ ਜਿਹੜੇ ਇਹ ਸਮਝਦੇ ਆ ਕਿ ਹਾਲਾਤ ਬਦਲ ਗਏ ਆ, ਦੁਨੀਆ ਦੀ ਨਬਜ਼ ਪਛਾਣੋ, ਔਰ ਅਮਰੀਕਾ ਜੋ ਕਹਿੰਦਾ ਪਿਆ ਉੱਧਰ ਤੁਰੋ, ਇੱਥੇ ਅੱਤਵਾਦ ਨੂੰ ਖਤਮ ਕਰੋ, ਨਹੀਂ ਤਾਂ ਪਾਕਿਸਤਾਨ ਖਤਮ ਹੋ ਜਾਏਗਾ ਜੀ। ਹੁਣ ਉਹ ਅੰਦਰੇ ਅੰਦਰ ਜਿਹੜੀ 3 ਧਿਰੀ ਲੜਾਈ ਆ ਉਹਦੇ ਵਿੱਚ ਇਮਰਾਨ ਖਾਨ ਫੌਜ ਦੇ 3 ਗਰੁੱਪਾਂ ਦੇ ਨਾਲ ਤਾਲਮੇਲ ਰੱਖ ਕੇ ਅਤੇ ਇਹੋ ਜਿਹਾ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ, ਜਿਹੜਾ ਅਗਲੇ ਸਮੇਂ 'ਚ ਜਦੋਂ ਇਹ ਪ੍ਰਧਾਨ ਮੰਤਰੀ ਬਣ ਗਿਆ ਉਸ ਵਕਤ ਤੋਂ ਬਣਾਇਆ ਨਹੀਂ ਜਾ ਸਕਣਾ, ਅਸਲੀ ਖਤਰਾ ਇਹਦੇ ਵਾਸਤੇ ਉਦੋਂ ਪੈਦਾ ਹੋਣਾ। ਬਿਲਕੁਲ ਸਹੀ ਹੈ ਪਰ ਸਾਹਿਬ, ਇਸ ਵਕਤ ਜੋ ਉੱਧਰੋਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿੰਨੀਆਂ ਕੁ ਵੀ ਪਾਰਟੀਆਂ ਨੇ ਉਹਨਾਂ ਨੇ ਲਗਭਗ ਇਹ ਸਾਰੀ ਜਿਹੜੀ ਇਲੈਕਸ਼ਨ ਹੋਈ ਹੈ ਉਹਨੂੰ ਨਕਾਰ ਦਿੱਤਾ, ਅਤੇ ਕਿਹਾ ਜਾ ਰਿਹਾ ਹੀ ਕਿ ਵੀ ਇਹਦੇ ਵਿੱਚ ਕੁਛ ਨਾ ਕੁਛ ਕਾਲਾ ਮਾਲਾ ਹੋਇਆ। ਪਰ ਦੂਸਰੇ ਪਾਸੇ ਇਮਰਾਨ ਖਾਨ ਸਾਹਿਬ ਉਹ ਆਪਣੀ ਵਿਕਟਰੀ ਸਪੀਚ 4 ਵਜੇ ਇਸਲਾਮਾਬਾਦ ਤੋਂ ਦੇਣਗੇ, ਸੋ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਵੀ ਹੁਣ ਮੈਂ ਪ੍ਰਧਾਨ ਮੰਤਰੀ ਬਣਨਾ। ਅਤੇ ਮੇਰੇ ਖਿਆਲ ਜਦੋਂ ਤੁਸੀਂ ਜ਼ਿਕਰ ਕੀਤਾ ਸੀ ਕਿ ਵੀ ਫੌਜ ਨੇ ਉਹ ਆਸ਼ੀਰਵਾਦ ਦਾ ਹੱਥ ਰੱਖ ਦਿੱਤਾ, ਸੋ ਫਾਈਨਲੀ ਤਾਜ ਸੱਜ ਜਾਊਗਾ। ਆਸ਼ੀਰਵਾਦ ਦਾ ਹੱਥ ਰੱਖਿਆ ਉਹਦੇ ਤੋਂ ਪਹਿਲਾਂ ਇੱਕ ਗੱਲ ਹੋਰ ਹੋ ਗਈ ਸੀ ਜੀ, ਤੁਹਾਨੂੰ ਯਾਦ ਹੋਵੇਗਾ ਕਿ ਸਨਿਚਰਵਾਰ ਦੇ ਫੋਕਸ ਵਿੱਚ ਅਸੀਂ ਗੱਲ ਕੀਤੀ ਸੀ ਜੀ ਕਿ ਜਿਹੜਾ ਪਾਕਿਸਤਾਨ ਦਾ ਚੋਣ ਕਮਿਸ਼ਨ ਹੈ ਉਹਨੇ ਫੌਜ ਨੂੰ ਸਾਰੇ ਦੇ ਸਾਰੇ ਪੋਲਿੰਗ ਬੂਥਾਂ ਦੇ ਹੇਠਲੇ ਪੱਧਰ ਤੱਕ ਹਰ ਕਿਸਮ ਦੇ ਪ੍ਰਬੰਧਾਂ 'ਚ ਹਰ ਕਿਸਮ ਦਾ ਦਖਲ ਦੇਣ ਦਾ ਹੱਕ ਦੇ ਦਿੱਤਾ ਜੀ। ਜਿਹੜੇ ਪੋਲਿੰਗ ਬੂਥ ਹੈ ਉੱਥੇ ਪੋਲਿੰਗ ਸਟਾਫ ਹੋਰ ਜਾਣਾ ਸੀ, ਸਿਵਲੀਅਨ ਸੀ, ਰਾਖੀ ਵਾਸਤੇ ਜਾਣੇ ਸੀ ਆਰਮੀ ਪੁਲਿਸ ਵਾਲੇ ਜੀ, ਪੁਲਿਸ ਵਾਲਿਆਂ ਦੇ ਨਾਲ ਉਹਨਾਂ ਦੀ ਮਦਦ ਵਾਸਤੇ ਆਰਮੀ ਜਾਣੀ ਸੀ, ਪਰ ਚੋਣ ਕਮਿਸ਼ਨ ਨੇ ਉਚੇਚਾ ਆਰਡਰ ਜਾਰੀ ਕਰਕੇ ਆਰਮੀ ਦੇ ਹੱਥ 'ਚ ਕਮਾਂਡ ਦੇ ਦਿੱਤੀ ਅਤੇ ਪੁਲਿਸ ਵਾਲਿਆਂ ਨੂੰ ਆਖਿਆ ਕਿ ਆਰਮੀ ਤੁਹਾਡੀ ਮਦਦ ਵਾਸਤੇ ਨਹੀਂ, ਹੁਣ ਤੁਸੀਂ ਆਰਮੀ ਦੀ ਮਦਦ ਵਾਸਤੇ ਆ। ਜਦੋਂ ਇਹ ਕਹਿ ਦਿੱਤਾ ਗਿਆ ਸੀ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਆਰਮੀ ਕੁਝ ਵੀ ਕਰ ਸਕਦੀ ਸੀ,
ਉਹਨਾਂ ਨੇ ਬੂਥਾਂ 'ਤੇ ਜਾ ਕੇ ਕੁਝ ਵੀ ਦੇ ਨਾਂ ਦੇ ਉੱਤੇ ਕੀ ਕੀਤਾ ਜੀ, ਇਹ ਹੁਣ ਜਾਂ ਆਰਮੀ ਜਾਣਦੀ ਹੈ ਜਾਂ ਉੱਥੇ ਬੈਠੇ ਬੰਦੇ ਜਾਣਦੇ ਸੀ। ਬਿਲਕੁਲ, ਉਹ ਕਿਹਾ ਜਾਂਦਾ ਕਿ ਉੱਥੇ ਦੂਸਰੀਆਂ ਪਾਰਟੀਆਂ ਦੇ ਪੋਲਿੰਗ ਏਜੰਟ ਅਤੇ ਕਾਊਂਟਿੰਗ ਏਜੰਟ ਬਾਹਰ ਕੱਢ ਕੇ ਫਿਰ ਆਰਮੀ ਨੇ ਆਪਣੀ ਮਰਜ਼ੀ ਨਾਲ ਜੋ ਕਰਨਾ ਸੀ ਉਹ ਕੀਤਾ ਅਤੇ ਇਮਰਾਨ ਖਾਨ ਜ਼ਿੰਦਾਬਾਦ ਕਰਵਾ ਦਿੱਤੀ ਹੈ। ਇਹ ਗੱਲ ਸੱਚੀ ਵੀ ਹੋ ਸਕਦੀ ਹੈ, ਇਹ ਝੂਠੀ ਵੀ ਹੋ ਸਕਦੀ ਹੈ, ਇਹ ਗੱਲ ਕੁਝ ਥਾਵਾਂ 'ਤੇ ਵੀ ਹੋ ਸਕਦੀ ਹੈ, ਇਹ ਗੱਲ ਕਈ ਥਾਵਾਂ 'ਤੇ ਵੀ ਹੋ ਸਕਦੀ ਹੈ, ਕੁਝ 'ਤੇ ਹੋਈ ਕਿ ਕਈ 'ਤੇ ਹੋਈ ਇਹ ਸਾਨੂੰ ਪਤਾ ਨਹੀਂ। ਅੱਛਾ, ਹੁਣ ਜਿਹੜੀ ਅਗਲਾ ਸਭ ਤੋਂ ਵੱਡਾ ਸਵਾਲ ਹੈ ਇਸ ਵਕਤ ਬਣਿਆ ਉਹ ਇਹ ਹੈ ਕਿ ਵੀ ਚੰਦ ਦਿਨ ਪਹਿਲਾਂ ਨਵਾਜ਼ ਸ਼ਰੀਫ ਸਾਹਿਬ ਆਪਣੇ ਬਿਮਾਰ ਵਾਈਫ ਨੂੰ ਛੱਡ ਕੇ ਅਤੇ ਆਪਣੀ ਬੇਟੀ ਦੇ ਨਾਲ ਪਾਕਿਸਤਾਨ ਪਹੁੰਚਦੇ ਨੇ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਅਤੇ ਹੁਣ ਕਿਉਂਕਿ ਜਦੋਂ ਆਹ ਕੁਝ ਵਾਪਰ ਗਿਆ ਅਤੇ ਉਹਨਾਂ ਦਾ ਭਵਿੱਖ ਕੀ ਦੇਖਦੇ ਹੋ? ਅਜੇ ਥੋੜ੍ਹੀ ਜਿਹੀ ਆਸ ਹੈਗੀ ਆ। ਅੱਛਾ ਜੀ, ਉਹ ਇਹ ਕਿ ਜਿਹੜੀ ਪਾਕਿਸਤਾਨੀ ਪੰਜਾਬ ਅਸੈਂਬਲੀ ਆ ਉਹਦੇ ਵਿੱਚ ਬਹੁਤ ਸੰਮਤੀ ਨਵਾਜ਼ ਸ਼ਰੀਫ ਦੀ ਪਾਰਟੀ ਕੋਲ ਆ ਰਹੀ ਆ। ਜੇ ਨਵਾਜ਼ ਸ਼ਰੀਫ ਦੀ ਪਾਰਟੀ ਕੋਲ ਆਵੇ, ਭਰਾ ਅੱਗੇ ਵੀ ਮੁੱਖ ਮੰਤਰੀ ਸੀ ਸ਼ਹਿਬਾਜ਼ ਸ਼ਰੀਫ, ਹੁਣ ਫਿਰ ਮੁੱਖ ਮੰਤਰੀ ਬਣ ਜਾਵੇ ਜੀ, ਉਹ ਆਪਣੇ ਭਰਾ ਨੂੰ ਛੱਡਣ ਵਾਸਤੇ ਕੁਛ ਵੀ ਕਰ ਸਕਦਾ। ਸਾਡੇ ਕੋਲ ਜਿਹੜੇ ਬ੍ਰਿਟਿਸ਼ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਫਾਂਸੀ ਦੀ ਸਜ਼ਾ ਤਾਂ ਰਾਸ਼ਟਰਪਤੀ ਮਾਫ਼ ਕਰ ਸਕਦਾ ਜੀ, ਉੱਧਰ ਵੀ ਉਹਨਾਂ ਦਾ ਸਦਰ ਜਿਹੜਾ ਉਹ ਮਾਫ਼ ਕਰ ਸਕਦਾ, ਪਰ ਜਿਹੜੀ ਕੈਦ ਹੈ ਉਹ 3 ਸਾਲ ਮਾਫ਼ ਕਰਨੀ, 5 ਸਾਲ ਮਾਫ਼ ਕਰਨੀ ਕਿ ਸਾਰੀ ਮਾਫ਼ ਕਰਨੀ ਹੈ, ਇਹ ਸੂਬੇ ਦੇ ਗਵਰਨਰ ਦੇ ਹੱਥ 'ਚ ਹੁੰਦਾ ਜੀ। ਅਤੇ ਜੇ ਮੁੱਖ ਮੰਤਰੀ ਉੱਥੇ ਸਕਾ ਭਰਾ ਹੋਵੇ ਅਤੇ ਉਹ ਆਖੇ ਮੇਰੇ ਭਰਾ ਦੀ ਜਿਹੜੀ ਸਜ਼ਾ ਮੁਆਫ਼ ਕਰ ਦੇ ਅਤੇ ਫਿਰ ਕੋਈ ਰਾਹ ਨਿਕਲ ਸਕਦਾ ਜੀ? ਇੱਥੇ ਤਾਂ ਮਾੜੀ ਕਿਸਮਤ ਚੁਟਾਲਿਆਂ ਦੀ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਆ ਗਈ ਹਰਿਆਣੇ 'ਚ, ਜੇ ਕਿਤੇ ਪਾਰਟੀ ਜਿੱਤ ਜਾਂਦੀ ਤਾਂ ਮੁੰਡਿਆਂ ਦੇ ਵਿੱਚੋਂ ਜਾਂ ਪੋਤਰਿਆਂ ਦੇ ਵਿੱਚੋਂ ਇੱਕ ਮੁੱਖ ਮੰਤਰੀ ਬਣਿਆ ਹੁੰਦਾ ਅਤੇ ਉਹਨਾਂ ਨੇ ਅੱਗੇ ਕਈਆਂ ਦੀਆਂ ਕੈਦਾਂ ਮਾਫ਼ ਕੀਤੀਆਂ ਸੀ, ਆਪਣੇ ਬਾਪੂ ਦੀ ਕੈਦ ਨਾ ਮਾਫ਼ ਕਰਦੇ ਉਹਨੂੰ ਕੀਤੀ ਹੋਣੀ ਸੀ। ਇਹ ਕੰਮ ਪਾਕਿਸਤਾਨੀ ਪੰਜਾਬ ਦੇ ਵਿੱਚ ਉਹ ਭਰਾ ਵੀ ਕਰਨ ਦਾ ਯਤਨ ਕਰੇਗਾ, ਨਹੀਂ ਤਾਂ ਇਹ ਕਰਿਆ ਕਰੇਗਾ ਕਿ ਹੁਣ ਸਾਡਾ ਇੰਡੀਪੈਂਡੈਂਸ ਡੇ ਆ ਗਿਆ, ਸਾਰੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਰਿਕਾਰਡ ਸਾਫ਼ ਆ 1-1 ਸਾਲ ਦੀ ਕੈਦ ਮਾਫ਼ ਕੀਤੀ ਜਾਂਦੀ ਹੈ, ਜਿਹੜੇ 60 ਸਾਲ ਤੋਂ ਉੱਪਰ ਵਾਲੇ ਆ ਉਹਨਾਂ ਦੀ 2-2 ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਦਾ ਰਿਕਾਰਡ ਬਹੁਤ ਚੰਗਾ ਉਹਨਾਂ 3-3 ਕੀਤੀ ਜਾਂਦੀ ਹੈ। ਲੈ ਉਹ ਇੱਕ ਤਾਂ ਪਹਿਲਿਆਂ 'ਚ ਆ ਗਿਆ 1 ਸਾਲ ਜੀ, ਦੂਜਾ 60 ਸਾਲ ਵਾਲਿਆਂ 'ਚ 2 ਸਾਲ ਆ ਗਿਆ, ਤੀਜਾ ਜਿਹੜਾ ਵਧੀਆ ਰਿਕਾਰਡ 'ਚ ਆ ਗਿਆ 6 ਸਾਲ ਇਕੱਠੇ ਮਾਫ਼ ਕਰ ਦਿਓ। ਇਹ ਕੀ ਕਰਨਾ ਕੀ ਨਹੀਂ ਕਰਨਾ ਸੂਬਾਈ ਅਸੈਂਬਲੀ ਦੇ ਮੁੱਖ ਮੰਤਰੀ ਦੇ ਹੱਥ 'ਚ ਆ ਸਕਦਾ ਜੀ। ਸੋ ਅਜੇ ਵੀ ਆਸ ਹੈਗੀ ਹੈ ਨਵਾਜ਼ ਸਾਹਿਬ ਨੂੰ ਬਾਹਰ ਆਉਣ ਦੀ, ਅਤੇ ਅਗਲੀ ਜਿਹੜੀ ਗੱਲ ਹੈ ਉਹ ਆ ਬਿਲਾਵਲ ਭੁੱਟੋ ਦੀ, ਕਿਉਂਕਿ ਸਾਨੂੰ ਵੈਸੇ ਬਹੁਤੇ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਜੀ ਕਿ ਜਦੋਂ ਉਹਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਸਾਬਤ ਹੋ ਗਿਆ, ਜਦੋਂ ਬੰਦਾ ਜੇਲ੍ਹ ਵਿੱਚ ਚਲਾ ਗਿਆ ਜੀ, ਉਦੋਂ ਵੀ ਸਾਡੇ ਭਾਰਤੀ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਜਾਤੀ ਉਮਰਾ ਪਿੰਡ ਦੇ ਵਿੱਚ ਜਿੱਥੋਂ ਨਵਾਜ਼ ਸ਼ਰੀਫ ਦਾ ਟੱਬਰ ਉੱਠ ਕੇ ਗਿਆ ਸੀ ਜੀ, ਉਹਨਾਂ ਲੋਕਾਂ ਨੇ ਫਿਰ ਵੀ ਉਚੇਚੀਆਂ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਉਹਦੇ ਉੱਤੇ ਮਿਹਰ ਕਰੀ। ਵੈਸੇ ਜੇ ਕਿਤੇ ਕਰਨੀਆਂ ਹੀ ਸੀ ਤਾਂ ਉਦੋਂ ਹੀ ਕਰ ਦਿੰਦੇ ਜਦੋਂ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਸੀ ਜੀ, ਅਤੇ ਕਾਰਗਿਲ ਦੀ ਜੰਗ ਲੱਗੀ ਸੀ, ਸੱਚੇ ਪਾਤਸ਼ਾਹ ਇਹਨੂੰ ਕੁਝ ਅਕਲ ਦੇ ਥੋੜ੍ਹੀ ਜੀ, ਜਾਂ ਜਦੋਂ ਸਾਡੇ ਇੱਥੇ ਬਾਰਡਰ 'ਤੇ ਠਾਠ ਹੁੰਦੀ ਸੀ। ਇਹ ਨਵਾਜ਼ ਸ਼ਰੀਫ ਵੀ ਕਹਿਣ ਨੂੰ ਸ਼ਰੀਫ ਹੈ, ਉਹਦਾ ਨਾਂ ਸ਼ਰੀਫ ਹੈ, ਜਦੋਂ ਜਨਰਲ ਮੁਸ਼ਰਫ ਦੀ ਅਸੀਂ ਗੱਲ ਕਰਦੇ ਹਾਂ ਜੀ, ਮੁਸ਼ਰਫ ਦਾ ਮਤਲਬ ਵੀ ਸ਼ਰਫ ਯਾਨੀ ਸ਼ਰਾਫਤ ਦਾ ਪੁਤਲਾ ਹੀ ਹੁੰਦਾ, ਪਰ ਇਹ ਸਾਰੇ ਜਿੰਨੇ ਕੁ ਸ਼ਰਾਫਤ ਦੇ ਪੁਤਲੇ ਆ ਪਾਕਿਸਤਾਨ ਦੇ ਲੋਕਾਂ ਨੂੰ ਵੀ ਪਤਾ ਅਤੇ ਪਤਾ ਸਾਨੂੰ ਵੀ ਹੈ। ਅੱਛਾ ਪੰਨਾ ਸਾਹਿਬ, ਹੁਣ ਆਪਾਂ ਗੱਲ ਕਰੀਏ ਭੁੱਟੋ ਪਰਿਵਾਰ ਦੀ। ਇਸ ਵਾਰ ਬਿਲਾਵਲ ਭੁੱਟੋ ਦੇ ਉੱਪਰ ਬੜੀ ਅੱਕ ਸੀਗੀ ਐਂਡ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉਸ ਚਿਹਰੇ ਨੂੰ ਅੱਗੇ ਲਾ ਕੇ ਅਤੇ ਪਾਰਟੀ ਕੁਛ ਨਾ ਕੁਛ ਕਰ ਜਾਵੇ, ਪਰ ਹੱਥ ਪੱਲੇ ਉਹਨਾਂ ਦਾ ਵੀ ਕੁਛ ਨਹੀਂ ਪਿਆ, ਕੀ ਦੇਖਦੇ ਹੋ? ਉਹ ਮੁੰਡਾ ਅਜੇ ਬਹੁਤਾ ਸਿਆਣਾ ਹੈ ਨਹੀਂ, ਬੱਚਾ ਹੈ, ਹੁਣ ਤਾਂ ਇਸ ਕਰਕੇ ਅੱਗੇ ਲਾਇਆ ਗਿਆ ਕਿ ਉਹ ਬੇਨਜ਼ੀਰ ਦਾ ਮੁੰਡਾ, ਐਦੋ ਬਾਅਦ ਤਾਂ ਉਹਦੀ ਕੋਈ ਮਤਲਬ ਕੋਈ ਹਸਤੀ ਹੈ ਨਹੀਂ ਗੀ ਜੀ। ਪਿਓ ਦਾ ਬੜਾ ਤੇਜ਼ ਤਰਾਰ ਸੀ, ਪਰ ਉਹ ਤੇਜ਼ ਤਰਾਰ ਸਭ ਤੋਂ ਵੱਡੀ ਉਹਦੀ ਜਿਹੜੀ ਹੈਗੀ ਆ ਗੁਣ ਵਾਲੀ ਗੱਲ, ਉਹ ਇੱਕੋ ਆ ਕੇ ਨੋਟ ਬੜੇ ਗੰਨੇ ਜਾਣਦਾ ਜੀ। ਜਦੋਂ ਬੇਨਜ਼ੀਰ ਪਹਿਲੀ ਵਾਰੀ ਬਣੀ ਸੀਗੀ ਪ੍ਰਧਾਨ ਮੰਤਰੀ ਜੀ, ਇਸ ਬੰਦੇ ਦਾ ਨਾਂ ਉਦੋਂ ਹੀ ਮਿਸਟਰ 10% ਪੈ ਗਿਆ ਸੀ, ਕਿਉਂਕਿ ਕਹਿੰਦਾ ਸੀ ਫਾਈਲ ਤੁਹਾਡੀ ਪਾਸ ਹੋਵੇ ਜਾਂ ਨਾ ਆਵੇ, ਮੇਰੀ ਵਾਈਫ ਕੋਲ ਫਾਈਲ ਉਹ ਜਾਊਗੀ ਜਿਹਦਾ ਪਹਿਲਾਂ 10% ਮੈਨੂੰ ਦੇ ਕੇ ਫਿਰ ਅੱਗੇ ਤੁਰੋਂਗੇ, ਨਹੀਂ ਤਾਂ ਜਾਣ ਨਹੀਂ ਦਿੰਦਾ ਜੀ। ਜਦੋਂ ਰਾਸ਼ਟਰਪਤੀ ਬਣਿਆ ਅਤੇ ਇਹਨੇ ਰਾਸ਼ਟਰਪਤੀ ਹੁੰਦਿਆਂ ਹੁੰਦਿਆਂ 2 ਪ੍ਰਧਾਨ ਮੰਤਰੀਆਂ ਦੀ ਬਲੀ ਦੇ ਦਿੱਤੀ ਅਤੇ ਭ੍ਰਿਸ਼ਟਾਚਾਰ ਦਾ ਕੇਸ ਰੋਕ ਛੱਡਿਆ ਸੀ। ਹੁਣ ਜਦੋਂ ਨਵਾਜ਼ ਸ਼ਰੀਫ ਦਾ ਦੌਰ ਆਇਆ ਅਤੇ ਉਹ ਕੇਸ ਚੱਲਦਾ ਰਿਹਾ, ਜਦੋਂ ਸਜ਼ਾ ਮਿਲਣ ਲੱਗੀ, ਇਹ ਵੀ ਤੇ ਇਹਦੀ ਭੈਣ ਵੀ, ਦੋਵੇਂ ਭੈਣ ਭਰਾ ਉੱਥੋਂ ਭਗੌੜੇ ਹੋ ਗਏ ਜੀ, ਉਹਨਾਂ ਦੇ ਭਗੌੜੇ ਹੋਣ ਦੀ ਸੱਟ ਅੱਗੋਂ ਮੁੰਡੇ ਨੂੰ ਪਈ ਆ। ਜੇ ਉਹ ਭਗੌੜੇ ਨਾ ਹੁੰਦੇ ਜੀ, ਜਿੱਦਾਂ ਨਵਾਜ਼ ਸ਼ਰੀਫ ਲੰਡਨ ਤੋਂ ਆ ਗਿਆ ਅਤੇ ਉਹਦੇ ਆਉਣ ਦਾ ਕੁਛ ਨਾ ਕੁਛ ਉਹਦੀ ਪਾਰਟੀ ਨੂੰ ਹੁਲਾਰਾ ਮਿਲਿਆ, ਉਹਨੇ ਆਖਿਆ ਮੈਂ ਕੋਈ ਚੋਰ ਥੋੜ੍ਹਾ, ਮੈਂ ਜੋ ਹੋਇਆ ਠੀਕ ਹੋਇਆ ਗਲਤ ਹੋਇਆ ਆਪਣੇ ਦੇਸ਼ 'ਚ ਭੁਗਤੂੰਗਾ, ਜੇ ਮੈਨੂੰ ਸਜ਼ਾ ਵੀ ਦਿੱਤੀ ਆ ਅਤੇ ਮੇਰੇ ਦੇਸ਼ ਦੀ ਅਦਾਲਤ ਨੇ ਦਿੱਤੀ ਆ,
मैं अपने देश के कानून तो भजना नहीं। ये वो पार्टी वास्ते पॉजिटिव असर पिया, चंगा असर पिया, लोगों आख्या हिम्मता की। जनरल मुशर्रफ भज गया, लोग कहें कौन भागा कौन भागा, गिदड़ भागा गिदड़ भागा जी। हुण जदों आसफ अली जरदारी भज गया, नाल दी भैण भी इतों देश चो भगौड़ी हो गई, तो यह मुंडा बिलावल जिहड़ा, ये तो फिर लोगों नूं इस गल की सफाई दिंदा रहा होगा कि नवाज शरीफ तो बाहरों आ गया भुगतण वास्ते, तो तेरा प्यो बाहरों भज गया होए। जवाब की दिंदा होगा जी, उहदा इह जवाब नहीं दे सकिया, इस करके इहने मार खाधी है। फिर भी इहो जिहे दौर विच जिहड़ा सिंध सूबा जी, जिथे जुल्फकार अली भुट्टो यानी इस मुंडे बिलावल जिहड़ा नाना सी जी, उहदे वेले तों लै के इस परिवार की जकड़ रही है। उत्थे इस वारी भी सूबाई असैम्बली इन्हां नूं इन्नियां सीटां आ गईआं कि छोटा जिहा मुंडा जिहड़ा इहदी पार्टी उत्थे अपना मुख्यमंत्री ते अपनी सरकार बना सकदी है जी। चलो उस पासे तां गल बण गई, ते हुण आपां गल करिए हाफिज़ सईद होरां दी। जदों आपां मेरा ख्याल ये गलबात शुरू हुई सी, इलैक्शनां दा दौर चलिया सी, जदों मिली मुस्लिम लीग शायद उन्होंने अपनी पार्टी बनाई सी, उदों दा ही रौला चली जांदा, ते आस यह की जा रही थी भी शायद जिहड़ी फौज है वह इहनूं आशीरवाद देवे, पर हाफिज़ सईद होरां नूं टोटली पाकिस्तान दे लोकां ने इनकार दिता। इहनूं किवें देखदे? तुहानूं याद होगा जो जम्मू कश्मीर च वोटां पईआं जी, उदों की हुंदा सी? इत्थे सारे कहिंदे सी इह वोटां ने, आल पार्टी हुरियत कानफ्रेंस ने बाईकाट करता, लोग तो बाईकाट करी जांदे जम्मू कश्मीर च वोटां कादियां। मैं उन्हां दिनां च साढ़े सरकारी टीवी दूरदर्शन तो आख्या सी जी कि आल पार्टी हुरियत कानफ्रेंस कहण दा, आल पार्टी कहण दा मतलब है कि एक हुरियत कानफ्रेंस नहीं, इह च पार्टियां दा मिलगोभा जी। इन्हां च कुछ पार्टियां ने जिहड़ियां भारत तों वक्ख होना चाहुंदियां, कुछ आ जिहड़ियां पाकिस्तान नाल जुड़ना चाहुंदियां, कुछ आ जिहड़ियां आज़ाद होना चाहुंदियां, कुछ ग्रुप इहो जिहे जिहड़े कहिंदे भारत नालों वक्ख होया बाकी बाद च फैसला कर लांगे जी। इह सद्दा दिंदे आ, इन्हां दे सद्दे दे उत्ते अमल कराउण लई अतवादी आ जांदे आ, ते लोक डरदे वोटां पाउण नहीं जांदे। पर जे इह वोटां दी लड़ाई लड़न, जे चोणां च खलो जाण जी, इस आल पार्टी हुरियत कानफ्रेंस दे 23 धड़े ने कुल मिला के जी, ये 23 पिंडां दे विच सरपंच नहीं बना सकदे, लोकां ने इन्हां नूं नहीं मानता देनी। लोक तो इन्हां नूं नफरत करदे पए ने कि इन्हां साडा जीणा हराम कीता पिया, सानूं जीवन जोगे नहीं छड्डिया, उह तां इन्हां ते दुखी ने। यही गल हाफिज़ सईद के मामले में साबित हो गई है कि किड्डियां बड़का मारता सी, मेरी मुली मुस्लिम लिया गया, मैं तो सारी दुनिया से इस्लाम का झंडा चढ़ा देना, तो वोटा किनिया पईआं ने, ना पुत जितया ना जवाई जितया, ना वो साला पड़ूया को उन्हां चो जितया, कख भी नहीं, सारे दे बंदे हार गए। जिहड़ा बंदा कल तक सारी दुनिया नूं दबके मारता सी, अमरीका दे राष्ट्रपति नूं दबके मारता सी, भारत वालियां नूं कहिंदा सी तुहाडे खिलाफ एटमी जंग मैं लवांगा, एटमी जंग एक उर्दू दे मुहावरे, क्या पिद्दी का शोरबा, तू है कि चीज़ है? पाकिस्तान दे लोकां ने तैनू तेरी औकात दस दिती है जी, कि तू इन्ने क जोगा, बड़का बुड़का मारन वास्ते तैनू आर्मी वाले ने रखिया, इंटरव्यू भी देनी हो। एक बारी एक भारतीय पत्रकार बजुर्ग है जी, असी उहदा नां कानू लैणा, उह ते अपने आप नूं बजुर्ग भी नहीं कहिंदा, 75 ते जाके उह साडे प्रधानमंत्री दे भी नेड़े सी, उह पाकिस्तान गया, उहने पता नहीं किस तरह मैनेज कर लिया कि मैं हाफिज़ सईद की एक इंटरव्यू करनी जी। जदों इंटरव्यू की गई तो उस इंटरव्यू के भी वो नाल खब्बे सज्जे फौजी कमांडो बैठे सी, भारतीय पत्रकार तो खाली हथ गया सी, तो उन्होंने की खतरा सी जी, वो फौजी कमांडो ये विखाउण वास्ते बैठे सी कि यह बंदा अपने सिर सिर नहीं बोलता, कटा किले के जोर से तिंगड़ा पिया। वो जो कटा किले के जोर से तिंगड़ा सी जी, जिहड़ा फौज के सिर पर तिंगड़ा पिया सी, फौज ने अखीरले वक्त जाके कहता भी कोई नहीं कट्टा तो कट्टा ही हुंदा, साडे कोल इमरान खान हैगा जी, असी उहनूं जिता लैणा, तू रहण दे, इहनूं वोटां नहीं पईआं। लोकां ने इहनूं कुछ भी नहीं समझिया जी, बिल्कुल बड़ी बुरी तरह रिजैक्ट कर दिता, और रिजैक्टड माल जिहड़ा वो हुण कबाड़खाने च जाणा चाहीदा। पता नहीं पाकिस्तान की नवीं सरकार जाण दिंदी है कि फौजियां दे कहण ते फिर सोचदे आ कोई नहीं गड्डी ओवरहाल करा के जे 2-4 साल चल सकदी है। अच्छा पवन साहब, हुण जदों आपां इह सारा कुछ देख रहे हैं विचार रहे हैं, तां इमरान खान होरों का चलो प्रधानमंत्री बनना लगभग तय बन गया, हाफिज़ सईद होरों को उन्होंने कहता भी कट्टे अजे आप इदा करना, नवाज होरों बारे भी तुम दसता कि उन्होंने पंजाब आ गया, भुट्टो फैमिली को सिंध आ गया, हुण जदों ये सरकार बदली है उधर निज़ाम बदलिया, आशीर्वाद लग रहा कि फौज का है, तो भारत पाकिस्तान संबंध जिहड़े ने उन्होंने तुम किवें देखते हो कि वापर सकता? सानू इहदे तों इमरान खान तो बहुत ही ज़्यादा आस नहीं रखनी चाहिए जी, क्रिकेट का खिडारी है, ये साढ़े इत्थे क्रिकेट वाले सारे नाल कपिल देव रन दे बड़े चंगे संबंध रहे
जी, पर वो खेडां दे संबंध सन, उन्हां खेडां दे संबंधां नूं राजनीति तक नहीं लैणा चाहिए जी। जदों पिछली बारी पार्लीमेंट का मैंबर बनया कौमी असैम्बली का, तो असैम्बली दीआं दो कमेटियां दा इहनूं मैंबर बनाया गया सी। एक कमेटी सी पबलिक अकाउंट्स कमेटी, सरकार दे लेखे पते दी कमेटी, उहदे विच जदों बोलदा सी ते सरकार नूं घेरदा सी। दूजी कमेटी सी स्टैंडिंग कमेटी ऑन कश्मीर अफेयरस, ये जदों उस कश्मीर वाली कमेटी च स्टैंडिंग कमेटी च पै गया जी, उदों ये कश्मीर दे मुद्दे नूं लैके भारत दे खिलाफ बहुत बोलदा रहा। 1971 दी जंग तों पहलां कश्मीर दा मुद्दा बहुता वड्डा मुद्दा नहीं सी। 65 दी जंग विच अयूब खान ने, मार्शल अयूब खान ने कश्मीर दा मुद्दा बनाउण दा यतन कीता सी। अखनूर दे सैक्टर च हमला उहने इस करके कीता सी कि माधोपुर तों जा के पठानकोट दे अगले पासिओं इक्को ही पोलिआ वो कट दिओ, फिर भारतीय फौज दरिया तों पिछे रह जाएगी ते असीं कश्मीर ते कब्जा कर लांगे। साडी फौज ने जाके खेमकरन वाला सैक्टर खोलता ते पाकिस्तान दी फौज नूं भजणा पै गईआं, वह अखनूर चो ढिले पै के इधर आए तो असी अपना जम्मू कश्मीर संभाल लिया। उदों भी गल उन्हां दी नहीं सी बन सकी, पर 1971 दी जंग विच जदों बंगलादेश कट्टिया गया जी, उहदे तों बाद पाकिस्तान वाले ने बदला लैण वास्ते जम्मू कश्मीर दे विच अतवाद नूं गिणमिथ के शह दित्ती। हालांकि बंगलादेश दी जंग तों बाद जिहड़ा शिमला समझौता होया इंदिरा गांधी ते जुल्फकार अली भुट्टो च, दोवें आपो अपने देश दे प्रधानमंत्री सन, उस शिमला समझौते विच ये गल लिखी गई सी कि दोवां धिरां विचों कोई भी कंट्रोल रेखा नूं बदलण दा, अगे पिछे करन दा, खिसकाउण दा कोई यतन नहीं करेगा। इहदे बावजूद 1999 दी कारगिल वाली जंग तों पहलां जनरल मुशरफ ने उस कंट्रोल रेखा नूं बदलण दा यतन कीता, अगे वध के आके साडियां चौकियां ते कब्जा कर लिया, जिहड़ा जंग लड़ के असीं छुड़ाया जी, नुकसान भी पाकिस्तान दा काफ़ी तगड़ा होया, साडा भी होया, दोवां तरहां दा होया। उदों इह कहिंदे रहे कि साडी फौज उत्थे गई नहीं, इह तां जहाद करन वाले मुजाहिद ने, कश्मीरी लोक ने जिहड़े अपने इलाके ते कब्जा कर रहे, पर जिहड़े बंदे उदों भारतीय फौज ने मारे ते जिन्हां दीआं लाशां भी लैण तों जनरल मुशरफ ने ना करता जी, ना करती, ते असीं इधर भारतीय इलाके च दबियां सन, उन्हां ही बंदियां दे आई कार्ड साडे कोल सन, ते पाकिस्तान दी फौज ने ते सरकार ने कारगिल दी जंग दे शहीद कह के ते उन्हां नूं बड़े वड्डे वड्डे अवार्ड दित्ते सन जी। उदों तों बाद भी असीं वेखदे रहे, जे बेनजीर भुट्टो पहलां आई सी उह भी उत्थे आ के बार्डर ते कश्मीर 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 कूकदी सी, नवाज शरीफ गया ते इह भी कश्मीर कश्मीर कूकदा सी, आसफ अली जरदारी भी उह करदा सी, हुण इमरान खान आ रिहा जिहड़ा कश्मीर बारे स्टैंडिंग कमेटी ऑफ नैशनल असैम्बली च रह चुका, ਇਹ ਵੀ ਕਸ਼ਮੀਰ ਦਾ ਮੁੱਦਾ ਛੱਡੇਗਾ ਨਹੀਂ, ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਕਸ਼ਮੀਰ ਇੱਕ ਕਿਸਮ ਦਾ ਜਿਵੇਂ ਰੋਟੀ ਦੇ ਨਾਲ ਸੈਲਡ ਹੁੰਦਾ ਨਾ, ਉਹਨਾਂ ਦੀ ਰਾਜਨੀਤੀ ਦਾ ਸੈਲਡ ਬਣ ਗਿਆ, ਉਹ ਸਲਾਦ ਬਣਾ ਲਿਆ ਉਹਨਾਂ ਨੇ, ਉਹਨਾਂ ਨੂੰ ਹਰ ਗੱਲ ਦੇ ਨਾਲ ਕਸ਼ਮੀਰ ਦਾ ਮੁੱਦਾ ਚਾਹੀਦਾ। ਇਹੀ ਕਾਰਨ ਹੈ ਪਾਰਲੀਮੈਂਟ ਦੀਆਂ ਚੋਣਾਂ ਹੁਣ ਹੋ ਗਈਆਂ ਨੇ, ਸੂਬਿਆਂ ਦੀਆਂ ਅਸੈਂਬਲੀਆਂ ਦੀਆਂ ਚੋਣਾਂ ਹੋ ਗਈਆਂ ਨੇ, ਲੈ ਤੁਸੀਂ ਵੇਖ ਲਓ ਮਹੀਨਾ ਦੋ ਮਹੀਨੇ ਦੀ ਗੱਲ ਹੈ, ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਜੀ, ਉਹਦੀ ਇਹਨਾਂ ਨੇ ਇੱਕ ਅਸੈਂਬਲੀ ਬਣਾਈ ਪਈ ਆ, ਉਹਦੇ ਜਿਹੜਾ ਉੱਥੇ ਮੁਖੀ ਹੁੰਦਾ ਉਹਨੂੰ ਇਹ ਕਹਿੰਦੇ ਵੀ ਰਾਸ਼ਟਰਪਤੀ ਹੈ, ਉਸ ਸੋ ਕਾਲਡ ਆਜ਼ਾਦ ਕਸ਼ਮੀਰ ਜਿਹੜਾ ਪਾਕਿਸਤਾਨੀ ਕਬਜ਼ੇ 'ਚ ਆ, ਹੁਣ ਉਹਦੀ ਵੀ ਤੋੜ ਕੇ ਨਵੇਂ ਸਿਰੋਂ ਚੋਣ ਕਰਾਉਣਗੇ, ਕਿਉਂਕਿ ਅੱਜ ਤੱਕ ਦੀ ਰਵਾਇਤ ਇਹ ਹੈ ਕਿ ਜਦੋਂ ਕੋਈ ਇਸਲਾਮਾਬਾਦ 'ਚ ਸਰਕਾਰ ਬਦਲਦੀ ਹੈ ਜੀ, ਨਵੀਂ ਸਰਕਾਰ ਆ ਕੇ ਕਸ਼ਮੀਰ ਦੀ ਸਰਕਾਰ ਨੂੰ ਬਦਲ ਦਿੰਦੀ ਹੈ। ਮੈਂ ਜਦੋਂ ਇੱਕ ਵਾਰੀ UNO 'ਚ ਗਿਆ ਹਿਊਮਨ ਰਾਈਟਸ ਕਮਿਸ਼ਨ 'ਚ ਜੀ, ਉੱਥੇ ਪਾਕਿਸਤਾਨ ਦੇ ਵੱਲੋਂ ਕਸ਼ਮੀਰ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ, ਇਹਦੇ ਦੋ ਸੋ ਕਾਲਡ ਸਾਬਕਾ ਰਾਸ਼ਟਰਪਤੀ ਆਏ ਹੋਏ ਸਨ ਉੱਥੇ ਜੀ, ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ। ਉਹਨਾਂ 'ਚੋਂ ਇੱਕ ਨੂੰ ਮੈਂ ਪੁੱਛਿਆ, ਮੈਂ ਕਿਹਾ ਤੁਹਾਡੀ ਜਿਹੜੀ ਅਸੈਂਬਲੀ ਆ ਉਹਦੇ ਫਿਰ ਕਸ਼ਮੀਰ ਅਸੈਂਬਲੀ ਦੇ ਕਿੰਨੇ ਮੈਂਬਰ ਆ? ਕਹਿੰਦੇ ਜੀ 48। ਅਤੇ ਮੈਂ ਕਿਹਾ ਫਿਰ ਉਹਦਾ ਵੋਟਾਂ ਦਾ ਕੀ ਪੈਟਰਨ ਹੈ? ਕਹਿੰਦਾ 36 ਉੱਥੋਂ ਚੁਣੇ ਜਾਂਦੇ ਆ, ਬਾਕੀ 12 ਜਿਹੜੇ ਆ ਉਹ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ 'ਚ ਅਸੀਂ ਹਲਕੇ ਬਣਾਏ ਆ, ਇੱਕ ਇਸਲਾਮਾਬਾਦ ਹਲਕਾ, ਇੱਕ ਕਰਾਚੀ ਹਲਕਾ, ਇੱਕ ਰਾਵਲਪਿੰਡੀ ਹਲਕਾ। ਮੈਂ ਕਿਹਾ ਕਸ਼ਮੀਰ ਕਿੱਥੇ, ਤੁਸੀਂ ਕਿੱਥੇ ਹੁੰਦੇ ਆ? ਕਹਿੰਦਾ ਕਰਾਚੀ। ਅੱਛਾ। ਅਤੇ ਮੈਂ ਕਿਹਾ ਕਰਾਚੀ 'ਚ ਬੈਠੇ ਤੁਸੀਂ ਕਸ਼ਮੀਰ ਦੇ ਲੋਕਾਂ ਦੇ ਨੁਮਾਇੰਦੇ ਆ, ਕਸ਼ਮੀਰ ਤੋਂ ਲੈ ਕੇ ਕਰਾਚੀ ਤੱਕ ਕਿੰਨੇ ਕਿਲੋਮੀਟਰ ਬਣਦੇ ਆ? ਕਹਿੰਦਾ ਕਿਲੋਮੀਟਰ ਦੀ ਨਹੀਂ ਵੇਖੀ ਦੇ, ਸਿਰਫ 2.5 ਘੰਟੇ ਦੀ ਫਲਾਈਟ ਹੈ। ਮੈਂ ਕਿਹਾ 2.5 ਘੰਟੇ ਦੀ ਫਲਾਈਟ ਤਾਂ ਤੁਸੀਂ ਲੈ ਸਕਦੇ ਆ ਨਾ, ਸਧਾਰਨ ਕਸ਼ਮੀਰੀ ਬੰਦਾ 2.5 ਘੰਟੇ ਦੀ ਫਲਾਈਟ ਲਊਗਾ? ਉਹਦੇ ਕੋਲ ਤਾਂ ਬੱਸ ਜੋਗੇ ਨਹੀਂ ਪੈਸੇ ਜੀ। ਇਹ ਉਹਨਾਂ ਨੇ ਕਸ਼ਮੀਰ ਜਿਹੜਾ ਕਬਜ਼ੇ 'ਚ ਕੀਤਾ ਉਦੋਂ ਤੋਂ ਲੈ ਕੇ ਉਹਨਾਂ ਦੀ ਰਾਜਨੀਤੀ 'ਚ ਬਹੁਤ ਵੱਡਾ ਮੁੱਦਾ ਬਣ ਚੁੱਕਾ। ਇਮਰਾਨ ਖਾਨ ਆਵੇਗਾ, ਭਾਰਤ ਨਾਲ ਸੰਬੰਧ ਸੁਧਰਨੇ ਕਿ ਨਹੀਂ ਸੁਧਰਨੇ ਜੀ,
ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਹਦੀ ਕਸ਼ਮੀਰ ਬਾਰੇ ਕੀ ਨੀਤੀ ਹੈ, ਅਤੇ ਕਸ਼ਮੀਰ ਬਾਰੇ ਉਹਦੀ ਨੀਤੀ ਉਹ ਹੋਣੀ ਆ ਜੋ ਪਾਕਿਸਤਾਨ ਦੀ ਫੌਜ ਦੀ ਨੀਤੀ ਹੈ, ਜੋ ਜਨਰਲ ਮੁਸ਼ਰਫ ਦੀ ਨੀਤੀ ਸੀ, ਜੋ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੀ ਨੀਤੀ ਸੀ, ਜੋ ਜਨਰਲ ਆਸਿਫ ਬਾਜਵਾ ਦੀ ਨੀਤੀ ਆ। ਆਖਿਰਕਾਰ ਇਹਨੂੰ ਇਮਰਾਨ ਖਾਨ ਨੂੰ ਰਾਜਨੀਤੀ 'ਚ ਲਿਆਉਣ ਵਾਲਾ ਕੌਣ ਸੀ? ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਇੱਕ ਮੁਖੀ ਹੁੰਦਾ ਸੀ ਹਾਮਿਦ ਗੁੱਲ ਜੀ। ਹਾਮਿਦ ਗੁੱਲ ਨੇ ਇਹਨੂੰ ਕ੍ਰਿਕਟ ਤੋਂ 1996 'ਚ ਪਾਕਿਸਤਾਨ ਦੀ ਰਾਜਨੀਤੀ 'ਚ ਲਿਆਂਦਾ ਸੀ ਜੀ। ਅਤੇ ਜਿਹੜਾ ਬੰਦਾ ਲਿਆਂਦਾ ਹੀ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਨੇ ਸੀ, ਉਹਨਾਂ ਦੇ ਪਿਆਦੇ ਦੇ ਤੌਰ 'ਤੇ ਵੀ ਕੱਲ੍ਹ ਨੂੰ ਵਰਤ ਸਕਦਾ, ਨਾ ਵੀ ਪਿਆਦੇ ਦੇ ਤੌਰ 'ਤੇ ਬਹੁਤਾ ਚੱਲੇ, ਅਤੇ ਬਹੁਤਾ ਉਹਦੇ ਤੋਂ ਬਾਹਰ ਜਾ ਕੇ ਖੱਬੇ ਸੱਜੇ ਨਹੀਂ ਚੱਲ ਸਕੂਗਾ। ਮਨੂੰ ਸਾਹਿਬ, ਤੁਸੀਂ ਸਮਾਂ ਕੱਢਿਆ ਅਤੇ ਪਾਕਿਸਤਾਨ ਦੀ ਇਹਨਾਂ ਇਲੈਕਸ਼ਨਾਂ ਦੇ ਉੱਪਰ ਜਾਂ ਕਹਿ ਲਓ ਕਿ ਅੱਧੇ ਪਿਛਦੇ ਰਿਜ਼ਲਟਸ ਦੇ ਉੱਪਰ ਹੁਣ ਤੱਕ ਦੇ ਹਾਲਾਤਾਂ ਦੀ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਹੁਣ ਤੱਕ ਦੇ ਹਾਲਾਤਾਂ ਬਾਰੇ ਜਿਵੇਂ ਜੋ ਰਿਪੋਰਟ ਸੀਗੀ ਉਹ ਅਸੀਂ ਆਪ ਜੀ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕੀਤੀ। ਪ੍ਰਾਈਮ ਏਸ਼ੀਆ ਟੀਵੀ ਕਿਉਂਕਿ ਸਮੁੱਚੀ ਦੁਨੀਆ 'ਚ ਦੇਖਿਆ ਜਾਂਦਾ, ਅਤੇ ਸਮੁੱਚੀ ਦੁਨੀਆ 'ਚ ਦੇਖਣ ਵਾਲੇ ਪੰਜਾਬੀਆਂ ਦਾ, ਚਾਹੇ ਉਹ ਕਿਸੇ ਵੀ ਹਲਕੇ ਦੇ ਹੋਣ, ਕਿਸੇ ਵੀ ਖਿੱਤੇ ਦੇ ਹੋਣ, ਉਹਨਾਂ ਦਾ ਇਹਦੇ ਵਿੱਚ ਇੰਟਰਸਟ ਸੀ, ਇਸ ਕਰਕੇ ਅਸੀਂ ਆਪ ਦੀ ਨਜ਼ਰ ਇਹ ਸਾਰਾ ਪ੍ਰੋਗਰਾਮ ਕੀਤਾ। ਫਿਲਹਾਲ ਦਿਓ ਗੁਰਪ੍ਰੀਤ ਸੰਧਾਵਾਲੀ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।